ਇਹ ਸਿੰਪਲ ਹੋਮੋਪੋਲਰ ਮੋਟਰ ਨੂੰ ਬਣਾਉਣ ਲਈ ਤੁਹਾਨੂੰ ਸਟਰੋਂਗ ਨਿਓਡੀਮੀਅਮ ਮੈਗਨੇਟ ਦੀ ਲੋੜ ਹੈ, ਇੱਕ ਕੋਇਲ ਜਿਸ ਤੇ ਕਾਪਰ ਵਾਇਰ ਲੱਗੀ ਹੋਵੇ ਤੇ 1.5 ਵੋਲਟ ਬੈਟਰੀ ਦੀ ਲੋੜ ਹੋਵੇਗੀ। ਤੁਸੀਂ ਸਟਰੋਂਗ ਮੈਗਨੇਟ ਦੇ ਬਟਨ ਨੂੰ ਬੈਟਰੀ ਨਾਲ ਜੋੜ ਦਿਓ। ਹੁਣ ਕੋਇਲ ਦੇ ਲੂਪ ਨਾਲ ਸਿਲੰਡਰੀਕਲ ਮੈਗਨੇਟ ਨੂੰ ਜੋੜ ਦਿਓ। ਜਦੋਂ ਤੁਸੀਂ ਕੋਇਲ ਨੂੰ ਥੋੜਾ ਵੀ ਝਟਕਾ ਦਿਓਗੇ ਤਾਂ ਉਹ ਜਾਦੂ ਦੀ ਤਰ੍ਹਾਂ ਘੁੰਮੇਗਾ। ਹੁਣ ਕੋਇਲ ਨੂੰ ਟੇਪ ਨਾਲ ਜੋੜ ਕੇ ਸਟੇਰੋਫੋਮ ਕੱਪ ਨੂੰ ਅੱਧਾ ਵਿੱਚੋਂ ਕੱਟ ਲਓ। ਇਹ ਮਾਡਲ ਨੂੰ ਬਹੁਤ ਰੋਚਕ ਬਣਾਵੇਗਾ। ਹੁਣ ਅੱਧੇ ਕੱਪ ਕੋਇਲ ਦੇ ਨਾਲ ਘੁੰਮੇਗਾ। ਤੁਸੀਂ ਇਸ ਨੂੰ ਕਲਰਫੁੱਲ ਟੇਪ ਲਗਾ ਕੇ ਹੋਰ ਸੋਹਣਾ ਅਤੇ ਖੂਬਸੂਰਤ ਦਿਖਾ ਸਕਦੇ ਹੋ, ਜਿਸ ਦੇ ਨਾਲ ਇਹ ਘੁੰਮਦਾ ਬਹੁਤ ਹੀ ਸੋਹਣਾ ਲੱਗਦਾ ਹੈ।